ਇਮਾਨਦਾਰੀ ਜਿਹੜੀ ਹੈ, ਜਾਂ ਕਹਿ ਲਓ ਜਵਾਨ ਦਾ ਪੱਕਾ ਬੰਦਾ, ਉਹ ਕਿਸੇ ਬਿਜ਼ਨਸ ਦੇ ਵਿੱਚ ਵੀ ਬਹੁਤ ਪਤੇ ਦੀ ਗੱਲ ਨਹੀਂ। ਸਾਨੂੰ ਉਸ ਮੁਕਾਮ 'ਤੇ ਆਪਣੇ ਆਪ ਨੂੰ ਲੈ ਆਉਣਾ ਚਾਹੀਦਾ, ਕਿਤੇ ਜਾ ਕੇ ਗੱਲ ਮੰਨ ਲੈਣੀ ਚਾਹੀਦੀ ਹੈ ਕਿ ਜ਼ਿੰਦਗੀ ਇੱਕੋ ਹੀ ਹੈ ਅਤੇ ਇੱਕੋ ਹੀ ਜੀਣੀ ਹੈ ਅਤੇ ਜੀ ਲਓ ਰਹਿ। ਧਰਵਾਸ ਹੁੰਦਾ ਨਾ, ਮੈਂ ਉਹ ਬਹੁਤ ਪਾਇਆ। ਹੁਣ ਮੈਂ ਇਹ ਮੰਨ ਚੁੱਕਾ ਵੀ ਮੈਂ ਜੋ ਖੱਟਣਾ ਕਮਾਉਣਾ ਸੀ ਕਮਾ। ਸਤਿ ਸ਼੍ਰੀ ਅਕਾਲ ਜੀ। ਸੁਖੀ ਬਾਟ ਜੀ ਹੋਰਾਂ ਨੂੰ 45 ਸਾਲ ਹੋ ਚੁੱਕੇ ਨੇ ਐਜ਼ ਏ ਕਾਰੋਬਾਰੀ ਕੈਨੇਡਾ ਦੇ ਵਿੱਚ ਕੰਮ ਕਰਦੇ ਹੋਏ। ਆਟੋ ਇੰਡਸਟਰੀ ਦੇ ਵਿੱਚ ਵੱਡਾ ਨਾਮ ਹੈ ਸੁਖੀ ਬਾਟ ਜੀ ਦਾ। ਸੁਖੀ ਬਾਟ ਜੀ ਮੌਜੂਦ ਨੇ, ਉਹਨਾਂ ਤੋਂ ਇਹੀ ਜਾਣ ਲੈਂਦੇ ਹਾਂ। ਸੁਖੀ ਬਾਟ ਜੀ, ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਤੁਹਾਨੂੰ ਵਧਾਈਆਂ 45 ਸਾਲ ਤੋਂ, ਮਤਲਬ ਤੁਸੀਂ ਸੁਖੀ ਬਾਟ ਜੀ ਕੈਨੇਡਾ ਦੇ ਵਿੱਚ ਐਜ਼ ਆ ਕਾਰੋਬਾਰੀ ਆਪਣਾ ਨਾਮ ਜਿਹੜਾ ਬਣਾਇਆ, ਬਹੁਤ ਬਹੁਤ ਮੁਬਾਰਕਾਂ ਤੁਹਾਨੂੰ। ਥੈਂਕ ਯੂ ਸ਼ੈਰੀ ਜੀ, ਅਤੇ ਮੈਂ ਤੁਹਾਡਾ ਵੀ ਅਤੇ ਜਿੰਨੇ ਵੀ ਆਪਣੇ ਦਰਸ਼ਕ ਦੇਖ ਰਹੇ ਨੇ ਉਹਨਾਂ ਦੇ ਸਹਿਯੋਗ ਦਾ ਅਤੇ ਉੱਪਰ ਵਾਲੇ ਦੀਆਂ ਦੁਆਵਾਂ ਉਹਦੀ ਬਲੈਸਿੰਗ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਵੀ ਦਿੰਦਾ ਅਤੇ ਸਾਰਿਆਂ ਦਾ ਧੰਨਵਾਦ ਵੀ ਜੀ। ਸੁਖੀ ਬਾਟ ਜੀ, ਹੁਣ ਇਹ ਦੱਸੋ ਵੀ ਧੰਨਵਾਦ ਦੇ ਨਾਲ ਨਾਲ ਨਾ ਸਾਨੂੰ ਇੱਕ ਸੀਕਰਟ ਦੱਸ ਦਿਓ ਵੀ 45 ਸਾਲ ਦੀ ਜਿਹੜੀ ਜਰਨੀ ਹੈ ਉਹ ਅੱਜ ਦਿਖਦੀ ਪਈ ਹੈ, ਤੁਹਾਡੀ ਸੈਲੀਬ੍ਰੇਟ ਕਰ ਰਹੇ ਹੋ, ਤੇ ਹੁਣ ਇਹ ਦੱਸੋ ਵੀ ਤੁਹਾਡੀ ਸਕਸੈਸ ਕੀ ਜਿਹੜੀ ਉਹ ਹੈ ਕੀ ਹੈ, ਤਾਂ ਕਿ ਉਹ ਸੀਕਰਟ ਛੋਟੇ ਛੋਟੇ ਹੋਰਾਂ ਨੂੰ ਵੀ ਪਤਾ ਲੱਗ ਸਕਣ। ਹਾਂ ਬਿਲਕੁਲ ਜੀ, ਵੈਸੇ ਤੇ ਸ਼ੈਰੀ ਜੀ, ਐਜ਼ ਵੀ ਆਲ ਨੋ, ਜਿਹੜਾ ਬਿਜ਼ਨਸ ਦਾ ਅਸਲੀ ਤੁਰਾ ਹੁੰਦਾ ਹੈ ਜਿਹੜੇ ਲੌਂਗ ਟਰਮ ਗੋਲਸ ਹੁੰਦੇ ਨੇ, ਕਿਉਂ ਮੇਰੇ ਗੋਲ ਸਦਾ ਹੀ ਲੌਂਗ ਟਰਮ ਹੋਏ ਨੇ। ਤੀਜੀ ਪੀੜ੍ਹੀ ਨੂੰ ਮੈਂ ਇਸ ਵੇਲੇ ਸਰਵ ਕਰ ਰਿਹਾ ਇੱਥੇ, ਕਿਉਂ ਜਦੋਂ 45 ਸਾਲਾਂ ਦੇ ਵਿੱਚ ਇਹ ਬੜੇ ਮਾਣ ਵਾਲੀ ਗੱਲ ਹੈ, ਅਤੇ ਹੁਣ ਤਾਂ ਮੇਰੇ ਬੱਚੇ ਵੀ ਇਸ ਬਿਜ਼ਨਸ ਦੇ ਵਿੱਚ ਨੇ, ਸੋ ਲੱਗਦਾ ਪਿਆ ਹਾਲੇ ਹੋਰ 45 ਸਾਲ ਜਾਂ ਉਸ ਤੋਂ ਵੀ ਵੱਧ ਦੇ ਚੱਲਦੀ ਰਹਿ ਗਈ ਗੱਡੀ। ਹਾਂ, ਜਿਹੜਾ ਬਿਜ਼ਨਸ ਦੀ ਆ, ਕੋਈ ਵੀ ਚੀਜ਼ ਹੈ, ਪ੍ਰੋਡਕਟ ਹੈ, ਉਹ ਪ੍ਰੋਡਕਟ ਵਧੀਆ ਹੋਏ, ਇਮਾਨਦਾਰੀ ਜਿਹੜੀ ਹੈ, ਜਾਂ ਕਹਿ ਲਓ ਜਵਾਨ ਦਾ ਪੱਕਾ ਬੰਦਾ, ਉਹ ਕਿਸੇ ਬਿਜ਼ਨਸ ਦੇ ਵਿੱਚ ਵੀ ਬਹੁਤ ਪਤੇ ਦੀ ਗੱਲ ਹੁੰਦੀ ਹੈ, ਅਤੇ ਮੈਂ ਵੀ ਆਪਣੇ ਸਿਰ ਨਾਲ ਜੁੜਿਆ ਰਿਹਾ, ਆਪਣੀ ਇਮਾਨਦਾਰੀ ਨਾਲ ਜੁੜਿਆ ਰਿਹਾ, ਔਰ ਵਧੀਆ ਤੋਂ ਵਧੀਆ ਪ੍ਰੋਡਕਟਸ ਜਿਹੜਾ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰਦਾ ਰਿਹਾ, ਅਤੇ ਮੈਨੂੰ ਵੀ ਬੜੇ ਮਾਣ ਦੀ ਗੱਲ ਹੈ ਕਿ ਮੈਂ ਇਸ ਕਮਿਊਨਿਟੀ ਦਾ ਹਿੱਸਾ ਹਾਂ, ਇਸ ਕਮਿਊਨਿਟੀ ਦਾ ਇੱਕ ਮੈਂਬਰ ਹਾਂ, ਅਤੇ ਜਿਸ ਨੂੰ ਸਾਰੀ ਕਮਿਊਨਿਟੀ ਬੜਾ ਪਿਆਰ ਕਰਦੀ। ਜੀ ਬਿਲਕੁਲ। ਸੁਖੀ ਬਾਟ ਜੀ, 1 ਜੂਨ ਨੂੰ ਜਿਹੜੀ ਸੈਲੀਬ੍ਰੇਸ਼ਨ ਕਰਨ ਜਾ ਰਹੇ ਹੋ, ਉਹਦੇ ਵਿੱਚ ਕੀ ਕੁਝ ਤੁਸੀਂ ਪ੍ਰੋਗਰਾਮ ਦੇ ਵਿੱਚ ਉਲੀਕਿਆ ਹੈ, ਔਰ ਖਾਸ ਕਰਕੇ ਹਮੇਸ਼ਾ ਹੁੰਦਾ ਵੀ ਤੁਸੀਂ ਲੱਕੀ ਵਿਨਰਸ ਵੀ ਕੱਢਦੇ ਹੋ, ਇਸ ਵਾਰ ਲੱਕੀ ਵਿਨਰਸ ਨੂੰ ਕੀ ਮਿਲਣ ਵਾਲਾ ਹੈ, ਪਾਰਟਿਸਿਪੇਟ ਕਿੱਦਾਂ ਕਰ ਸਕਦੇ ਨੇ? ਹਾਂਜੀ ਜੀ, ਇੱਕ ਤਾਂ ਸ਼ੈਰੀ ਜੀ, ਵੈਸੇ ਮੈਨੂੰ ਇਸ ਚੀਜ਼ ਦਾ ਬੜਾ ਮਾਣ, ਮੈਂ ਵੈਸੇ ਬਾਹਰ ਸੀਗਾ, ਨਹੀਂ ਤਾਂ ਕੁਛ ਵੱਡਾ ਵੀ ਕਰਦੇ। ਮੈਂ ਹੁਣ ਤੱਕ 13 ਕਾਰਾਂ ਗਿਵ ਅਵੇ ਕਰ ਚੁੱਕਾ ਵੈਸੇ, ਓਕੇ, ਤੇ ਐਤਕੀ ਬੱਚਿਆਂ ਨੇ ਕੋਈ ਲਿਖਿਆ ਪ੍ਰੋਗਰਾਮ, ਆਪਣੀਆਂ 2 ਲੋਕੇਸ਼ਨਾਂ ਨੇ, ਇੱਕ ਟਰੱਕ ਸੈਂਟਰ ਹੈ, ਇੱਕ ਕਾਰਾਂ ਵਾਲਾ ਆ, ਤਕਰੀਬਨ 400 ਤੋਂ ਵੱਧ ਵਹੀਕਲ ਸਟਾਕ ਵਿੱਚ ਹੁੰਦੇ ਨੇ, 20 ਮਿਲੀਅਨ ਦੇ ਕਰੀਬ ਦੀ ਇਨਵੈਂਟੋਰੀ ਸਦਾ ਹੀ ਉੱਥੇ ਖੜੀ ਹੁੰਦੀ ਹੈ, ਫਾਈਨੈਂਸਿੰਗ ਆਪਣੀਆਂ 2 ਫਾਈਨੈਂਸਿੰਗ ਕੰਪਨੀਆਂ ਨੇ, ਸੋ ਸਾਰਿਆਂ ਦਾ ਮਸਲਾ ਉੱਥੇ ਹੱਲ ਹੋ ਜਾਂਦਾ। ਹਾਂ, ਜਦੋਂ ਕਹਿੰਦੇ ਖੁਸ਼ੀ ਦਾ ਟਾਈਮ ਹੋਵੇ ਤਾਂ ਖੁਸ਼ੀ ਕਰ ਲੈਣੀ ਚਾਹੀਦੀ ਹੈ, ਅਤੇ ਹੁਣ ਸਾਡੇ ਲਈ ਵੀ ਖੁਸ਼ੀ ਦਾ ਟਾਈਮ ਹੈ, ਕਿਉਂਕਿ 45 ਸਾਲ ਦਾ ਸੈਲੀਬ੍ਰੇਟ ਕਰਨਾ ਵੀ ਇੱਕ ਮਾਇਨੇ ਰੱਖਦਾ ਹੈ, ਇੱਕ ਬਿਜ਼ਨਸ ਦੇ ਵਿੱਚ ਟਿਕੇ ਰਹਿਣਾ 45 ਸਾਲ, ਔਰ ਉਹ ਵੀ ਟੌਪ ਤੇ। ਜੀ ਬਿਲਕੁਲ। ਸੋ ਉਹਦੇ ਲਈ ਡਰਾ ਚੱਲ ਰਿਹਾ ਹੈ, ਤੁਸੀਂ ਸੁਖੀ ਬਾਟ ਮੋਟਰ ਦੀ ਵੈਬਸਾਈਟ ਤੇ ਜਾ ਕੇ ਸਲਿੱਪ ਭਰ ਸਕਦੇ ਹੋ, ਜਾਂ ਤੁਸੀਂ ਫਿਜ਼ੀਕਲੀ ਦੋਨਾਂ ਲੋਕੇਸ਼ਨਾਂ ਤੇ ਆ ਸਕਦੇ ਹੋ, ਤੇ ਜੂਨ ਦੀ 1 ਤਰੀਕ ਨੂੰ ਉੱਥੇ ਇੱਕ ਮੇਲੇ ਦਾ ਮਾਹੌਲ ਹੋਏਗਾ, ਜਿੱਥੇ ਕਿ ਕੜਾਈ ਚੜਾਈ ਜਾਊਗੀ, ਖਾਣ ਪਕਵਾਨ ਬਣਨਗੇ, ਤੇ ਨਾਲ ਦੀ ਨਾਲ 5 ਵਜੇ ਇੱਕ ਲੱਕੀ ਉਹ ਵੱਡਾ ਸਾਰਾ ਡਰਾਮ ਆ ਜਿਹਦੇ ਵਿੱਚ ਪਰਚੀਆਂ ਪਾਈਆਂ ਜਾਂਦੀਆਂ, ਤੇ ਉਹਦਾ ਇੱਕ ਪਰਚੀ ਕੱਢਾਂਗੇ, ਤੇ ਜਿਹਨੂੰ 45ਵੀਂ ਐਨਵਰਸਰੀ ਤੇ 4500 ਦੇ ਬਰਾਊਨ ਰੰਗ ਦੇ ਨੋਟ ਦਿੱਤੇ ਜਾਣਗੇ। ਜੀ ਸੁਖੀ ਬਾਟ ਜੀ, ਕਹਿੰਦੇ ਆ ਕੈਨੇਡਾ ਨੇ ਬਹੁਤ ਸਾਰੇ ਲੋਕਾਂ ਨੂੰ ਬਹੁਤ ਕੁਛ ਦਿੱਤਾ ਹੈ, ਤੁਹਾਡੇ ਵਰਗੇ ਬਹੁਤ ਸਾਰੇ ਕਾਰੋਬਾਰੀ ਨੇ ਜਿਨ੍ਹਾਂ ਨੇ ਮਿਹਨਤ ਲਗਨ ਦੇ ਨਾਲ ਜਦੋਂ ਆਪਣੇ ਕੰਮ ਨੂੰ ਸ਼ੁਰੂ ਕੀਤਾ ਗਰਾਊਂਡ ਜ਼ੀਰੋ ਤੋਂ ਕੈਨੇਡਾ ਦੇ ਵਿੱਚ ਆ ਕੇ, ਤੇ ਅੱਜ ਉਹਨਾਂ ਨੇ ਇੱਕ ਚੰਗਾ ਮੁਕਾਮ ਹਾਸਲ ਕੀਤਾ ਹੈ।
ਕੈਨੇਡੀਅਨ ਜ਼ਿੰਦਗੀ ਦੇ ਵਿੱਚ ਅੱਜ 45 ਸਾਲ ਜਿਹੜੇ ਤੁਹਾਡੇ ਜਿਵੇਂ ਵੀ ਰਹੇ ਕਾਰੋਬਾਰੀ ਦੇ ਤੌਰ ਦੇ ਉੱਤੇ, ਉਹਨਾਂ ਬਾਰੇ ਕੀ ਕਹਿਣਾ ਚਾਹੋਗੇ? ਅੱਜ ਕਿੱਥੇ ਦੇਖਦੇ ਹੋ 45 ਸਾਲਾਂ ਬਾਅਦ ਆਪਣੇ ਆਪ ਨੂੰ? ਮੈਂ ਵੈਸੇ ਪਹਿਲਾਂ ਤੇ ਆਪਣੇ ਆਪ ਨੂੰ ਬਹੁਤ ਕਰਮਾਂ ਵਾਲਾ ਸਮਝਦਾ, ਕਿ ਮੈਂ ਜਿੱਥੇ ਵੀ ਜਾਣਾ, ਜਿਹੜੀ ਮੇਰੀ ਅਸਲੀ ਕਮਾਈ ਮੇਰੀ ਇਹ ਆ ਕਿ ਮੈਂ ਸਮਾਜ ਦੇ ਵਿੱਚ ਬਹੁਤ ਵਿਚਰਦਾ। ਜਿੱਥੇ ਵੀ ਜਾਣਾ, ਜੇ ਸਮਾਗਮ ਤੇ ਜਾਣਾ, ਕਿਸੇ ਮੇਲੇ ਤੇ ਜਾਣਾ, ਮੈਂ ਤੜਕ ਹੋ ਕੇ ਜਾਣਾ, ਫੀਅਰਲੈਸ ਹੋ ਕੇ ਜਾਣਾ, ਕਿ ਮੇਰੀ ਕੋਈ ਐਨਮੀ ਨਹੀਂ ਹੈ। ਜਦ ਮੈਂ ਜਾਣਾ ਤੇ ਮੈਨੂੰ ਬਹੁਤ ਸਾਰੇ ਮੁਹੱਬਤੀ ਉੱਠ ਉੱਠ ਆ ਕੇ ਮਿਲਦੇ ਨੇ, ਬੜਾ ਪਿਆਰ ਕਰਦੇ ਨੇ, ਆ ਕੇ ਮੈਨੂੰ ਤੇ ਇੰਨਾ ਯਾਦ ਨਹੀਂ ਕਈ ਵਾਰ ਰਹਿੰਦਾ ਰਿਸਪੈਕਟਫੁਲੀ, ਬਾਠ ਸਾਹਿਬ ਮੈਂ ਤੁਹਾਨੂੰ ਉੱਥੇ ਟੀਵੀ ਤੇ ਦੇਖਿਆ, ਮੈਂ ਤੁਹਾਨੂੰ ਉੱਥੇ ਮਿਲਿਆ, ਤੁਹਾਡੇ ਤੋਂ ਮੈਂ ਗੱਡੀ ਲਿਆ ਸੀ, ਜੇ ਵੋ। ਅਸਲੀ ਕਮਾਈ ਮੇਰੀ ਵੈਸੇ ਉਹ ਹੀ ਹੁੰਦੀ ਹੈ। ਤੇ ਦੂਸਰੀ ਜਿਹੜੀ ਮੇਰੀ ਇਸ ਜ਼ਿੰਦਗੀ ਦੇ 45 ਸਾਲਾਂ ਦੇ ਕਮਾਈ ਜਿਹੜੀ ਹੋਈ, ਕਿ ਮੈਂ ਆਪਣੇ ਬੱਚਿਆਂ ਨੂੰ ਆਪਣੇ ਬਿਜ਼ਨਸ ਦੇ ਵਿੱਚ ਢਾਲ ਸਕਿਆ। ਉਹ ਹੁਣ 4 ਨੇ, ਬੜੇ ਆਰਾਮ ਦੇ ਨਾਲ ਉਹ ਮੇਰਾ ਬਿਜ਼ਨਸ ਚਲਾਉਂਦੇ ਨੇ। ਸੋ ਉਹ ਵੀ ਇੱਕ ਕਮਾਈ ਹੈ, ਕਿਉਂ ਇੱਕ ਵੱਡਾ ਬਿਜ਼ਨਸ ਅਦਾਰਾ ਖੜਾ ਕਰਕੇ ਮਗਰਾਂ ਨਹੀਂ, ਉਹਦਾ ਕੋਈ ਮਾਲਕ ਜਾਂ ਉਹਨੂੰ ਚਲਾਉਣ ਵਾਲਾ ਨਾ ਕੋਈ ਹੋਵੇ, ਤੇ ਉਹ ਮੇਰੀ ਇੱਕ, ਮੈਂ ਉੱਪਰ ਵਾਲੇ ਦਾ ਬੜਾ ਸ਼ੁਕਰਗੁਜ਼ਾਰ ਜੀ। ਸੋ ਕਿ ਬਾਰ ਜੀ, ਇੱਕ ਗੱਲ ਹੁੰਦੀ ਹੈ ਨਾ ਵੀ 45 ਸਾਲ ਜਿਹੜਾ ਉਹ ਤੁਸੀਂ ਸੈਲੀਬ੍ਰੇਟ ਕਰਨ ਜਾ ਰਹੇ ਹੋ, ਤਾਂ ਹੋ ਸਕਦਾ ਕਿ ਕਈ ਇਹ ਵੀ ਸੋਚਦੇ ਹੋਣ ਕਿ ਸੁਖੀ ਬਾਰ ਜੀ ਨੇ ਰਿਟਾਇਰਮੈਂਟ ਕਦੋਂ ਲੈਣੀ ਹੈ। ਸੋ ਉਹਦੇ ਬਾਰੇ ਵੀ ਥੋੜਾ ਜਿਹਾ ਜਾਣਨਾ ਚਾਹਾਂਗੇ। ਇੱਕ ਕਾਰੋਬਾਰੀ ਨੂੰ ਹੁਣ 45 ਸਾਲਾਂ ਦੇ ਵਿੱਚ ਕੀ ਉਹ ਸੋਚਣਾ ਚਾਹੀਦਾ ਵੀ ਹੁਣ ਕਾਰੋਬਾਰ ਜਿਹੜਾ ਸੈੱਟ ਹੈ, ਬੱਚੇ ਸੰਭਾਲਣੇ ਨੇ, ਅੱਗੇ ਪੀੜ੍ਹੀਆਂ ਦਰ ਪੀੜ੍ਹੀਆਂ ਜਿਹੜੀਆਂ ਨੇ ਉਹ ਕਾਰੋਬਾਰ ਨੂੰ ਸੰਭਾਲ ਲਿਆ, ਹੁਣ ਰਿਟਾਇਰਮੈਂਟ ਦਾ ਵੀ ਕੋਈ ਸਮਾਂ ਹੁੰਦਾ? ਨਹੀਂ ਜੀ, ਵੈਸੇ ਸ਼ਰੀ ਮੈਂ ਓਪਨਲੀ ਮੈਂ ਤੇ ਕਹਿੰਦਾ, ਮੈਂ ਤਕਰੀਬਨ 80% ਰਿਟਾਇਰਮੈਂਟ ਲਈ ਹੋਈ ਹੈ। ਓਕੇ, ਕਿ ਤੁਸੀਂ ਅਕਸਰ ਸੋਸ਼ਲ ਮੀਡੀਆ ਤੇ ਮੈਨੂੰ ਦੇਖੋਗੇ, ਹਾਏ ਦਿਨ ਮੈਂ ਜਿੰਨਾ ਘੁੰਮ ਰਿਹਾ, ਇੱਦਾਂ ਬਿਜ਼ਨਸ ਨਹੀਂ ਚੱਲਦੇ। ਕਿਉਂ ਮੇਰੀ ਉਹ, ਮੈਂ ਪਹਿਲਾਂ ਫਿਰ ਜਾਂਦਾ ਕਿ ਬੱਚਿਆਂ ਨੇ ਮੈਨੂੰ ਮੇਰੀ ਅਸਲ ਕਾਮਯਾਬੀ ਬਹੁਤ ਕੀਤੀ। ਸੋ ਜ਼ਿਆਦਾ ਸੋਸ਼ਲ ਵਰਕ ਦੇ ਵਿੱਚ, ਬੇਸ਼ੱਕ ਉਹ ਪੰਜਾਬ ਦੇ ਵਿੱਚ, ਨੇਪਾਲ ਦੇ ਵਿੱਚ, ਫਿਲੀਪੀਨ ਦੇ ਵਿੱਚ, ਪਾਕਿਸਤਾਨ ਦੇ ਵਿੱਚ ਮੈਡੀਕਲ ਕੈਂਪਸ ਨੇ, ਜਾਂ ਐਜੂਕੇਸ਼ਨ ਬੱਚਿਆਂ ਨੂੰ ਦੇ ਰਹੇ ਹੋ, ਪੰਜਾਬ ਦੇ ਵਿੱਚ 40 ਕਾਲਜਿਸ ਨਾਲ ਮੇਰਾ MOU ਸਾਈਨ ਹੋਇਆ, ਸਾਰੀਆਂ ਯੂਨੀਵਰਸਿਟੀਆਂ ਨਾਲ ਮੇਰਾ ਇਕੱਠੇ ਕੰਧ ਆਇਆ। ਮੇਰੇ ਹਾਲੇ ਗੋਲ ਲੰਬੇ ਨੇ ਪਬਲਿਕ ਦੇ ਵਿੱਚ ਵਿਚਣ ਦੇ, ਕਿਉਂ ਮੇਰੇ ਕੋਲ ਓਪਰਚੁਨਿਟੀ ਆ, ਮੌਕਾ ਆ, ਸੋਰਸਿਸ ਹੈਗੇ ਨੇ। ਸੋ ਉਹ ਜ਼ਿਆਦਾ 80% ਮੈਂ ਉਹੀ ਕਰ ਰਿਹਾ। ਪੋਸੀਬਿਲਿਟੀ ਵੀ ਹੋਰ ਸਾਲ ਤਾਈਂ ਮੈਂ 100% ਉਹਦੇ ਵਿੱਚ ਚਲੇ ਜਾਵਾਂਗਾ, ਕਿ ਰਿਟਾਇਰਮੈਂਟ ਵੀ ਸ਼ਹਿਰੀ ਜੀ ਉਦੋਂ ਹੀ ਹੁੰਦੀ ਜਦੋਂ ਹਾਲੇ ਲੱਤਾਂ 'ਚ ਜਾਨ ਹੋਵੇ, ਨਹੀਂ ਤਾਂ ਫਿਰ ਰਿਟਾਇਰਮੈਂਟ ਕਾਹਦੀ। ਸੋ ਮੈਂ ਵੀ ਰਿਟਾਇਰਮੈਂਟ ਛੇਤੀ ਲੈ ਲਈ ਆਲਮੋਸਟ, ਤੇ ਬਾਕੀ ਵੀ ਲੈ ਲਾਂਗਾ। ਜੀ ਬਿਲਕੁਲ। ਆਖਰੀ ਸਵਾਲ ਬਾਰ ਜੀ, ਜਦੋਂ ਤੇ ਕਾਰੋਬਾਰੀ ਦੇ ਰੂਪ ਦੇ ਵਿੱਚ 45 ਸਾਲ ਆਪਣੇ ਤੁਸੀਂ ਬਿਤਾ ਚੁੱਕੇ ਹੋ, ਕੀ ਪਾਇਆ ਤੇ ਕੀ ਗਵਾਇਆ? ਅਸਲ 'ਚ ਮੈਂ ਬਹੁਤ ਵੈਲਿਡ ਸਵਾਲ ਹੈ ਮੇਰੀ ਜ਼ਿੰਦਗੀ ਦੇ, ਮੈਂ ਆਪ ਖੁਦ ਬੜੀ ਵਾਰੀ ਆਪਣੇ ਆਪ ਨੂੰ ਪੁੱਛਦਾ। ਮੈਂ ਇੱਕ ਜੋ ਚੀਜ਼ ਪਾਈ, ਇੱਕ ਜੋ ਧਰਵਾਸ ਹੁੰਦਾ ਨਾ, ਮੈਂ ਉਹ ਬਹੁਤ ਪਾਇਆ। ਹੁਣ ਮੈਂ ਇਹ ਮੰਨ ਚੁੱਕਾ ਵੀ ਮੈਂ ਜੋ ਖੱਟਣਾ ਕਮਾਉਣਾ ਸੀ ਕਮਾ ਚੁੱਕਾ, ਔਰ ਜਦੋਂ ਮੈਂ 45 ਸਾਲ ਪਿੱਛੇ ਨੂੰ ਜਾਂਦਾ, ਆਈ ਹੈਵ ਅ ਵੰਡਰਫੁਲ ਲਾਈਫ। ਇੰਨੀ ਮੈਂ ਦੇਖਦਾ ਵੀ ਬਾਬਾ ਤੂੰ ਇੰਨੀ ਮਿਹਰ ਰੱਖੀ, ਤਰਾ ਚੜਾ ਵੀ ਆਏ, ਇੱਦਾਂ ਨਹੀਂ ਗੱਲ ਹੁੰਦੀ, ਦੈਟਸ ਲਾਈਫ। ਪਰ ਉਹਨ ਹੱਥ ਦੇ ਕੇ, ਪੂਰਾ ਆਸ਼ੀਰਵਾਦ ਦੇ ਕੇ, ਇਹ ਕਹਿ ਲਓ ਵੀ ਜਦੋਂ ਦੇ ਕੈਨੇਡਾ ਆਏ ਹਾਂ, 45+ ਈਅਰ ਪੱਬਾਂ ਪਾਨੇ ਤੁਰੇ ਹਾਂ, ਕਿਉਂਕਿ ਖੁਸ਼ੀਆਂ ਸਮਾਜ ਨਾਲੇ, ਦੁੱਖ ਤਕਲੀਫ ਹੈ, ਦੁੱਖ ਸੁੱਖ ਨਾਲੇ ਸਭ ਕੁਝ ਚੱਲਦਾ ਰਹਿੰਦਾ। ਪਰ ਸਾਨੂੰ ਉਸ ਮੁਕਾਮ ਤੇ ਆਪਣੇ ਆਪ ਨੂੰ ਲੈ ਆਉਣਾ ਚਾਹੀਦਾ, ਕਿਤੇ ਜਾ ਕੇ ਗੱਲ ਮੰਨ ਲੈਣੀ ਚਾਹੀਦੀ ਹੈ ਕਿ ਜ਼ਿੰਦਗੀ ਇੱਕੋ ਹੈ ਤੇ ਇੱਕੋ ਹੀ ਜੀਣੀ ਹੈ, ਤੇ ਜੀ ਲੋ ਰੱਜ ਕੇ। ਜੀ, ਥੈਂਕ ਯੂ ਸੋ ਮਚ ਬਾਰ ਸਾਹਿਬ, ਐਂਡ ਇੱਕ ਵਾਰੀ ਫਿਰ ਤੋਂ ਤੁਹਾਨੂੰ ਬਹੁਤ ਬਹੁਤ ਵਧਾਈਆਂ। ਥੈਂਕ ਯੂ ਵੈਰੀ ਮਚ। ਸੋ ਸਾਰੇ ਦਰਸ਼ਕਾਂ ਨੂੰ ਬੇਨਤੀ ਆ ਕਿ ਹਾਜ਼ਰੀ ਲਵਾਓ, 4500 ਡਾਲਰ ਵੀ ਜਿੱਤੋ, ਵੈਸੇ ਵੀ ਵਿਜ਼ਿਟ ਕਰੋ,
ਤੁਹਾਡੇ ਸਾਰੇ ਆਉਣ ਵਾਲਿਆਂ ਲਈ ਅਸੀਂ ਗਿਫਟ ਬਣਾਏ ਹੋਏ ਨੇ, ਜੈਕਟਸ ਬਣਾਈਆਂ ਹੋਈਆਂ, ਟੀ ਸ਼ਰਟ ਬਣੀਆਂ ਨੇ, ਸੋ ਆਓ ਨਾਲੇ ਖਾਣ ਪੀਣ ਦਾ ਮਜ਼ਾ ਕਰਾਂਗੇ, ਨਾਲੇ ਬਾਤਾਂ ਪਾਵਾਂਗੇ। ਥੈਂਕ ਯੂ ਵੈਰੀ ਮੱਚ, ਗਾਡ ਬਲੈਸ ਜੀ, ਥੈਂਕ ਯੂ ਸੋ ਮੱਚ। ਸੋ ਸੁਖੀ ਬਾਟ ਜੀ ਹੋਰਾਂ ਨੇ ਤਾਂ ਇਨਵੀਟੇਸ਼ਨ ਦੇ ਦਿੱਤਾ ਸਾਰਿਆਂ ਨੂੰ, 1 ਜੂਨ ਨੂੰ ਸਾਰੇ ਜਣੇ ਕਹਿੰਦੇ ਪਹੁੰਚੋ, ਬਹੁਤ ਸੋਹਣਾ ਸਮਾਗਮ ਹੋਣ ਜਾ ਰਿਹਾ। 45 ਸਾਲ ਜਿਹੜੇ ਉਹਨਾਂ ਨੇ ਆਪਣੇ ਇੰਡਸਟਰੀ ਦੇ ਵਿੱਚ ਬਿਤਾਏ ਨੇ ਉਸਨੂੰ ਉਹ ਸੈਲੀਬ੍ਰੇਟ ਕਰਨ ਜਾ ਰਹੇ ਨੇ, ਲੱਕੀ ਡਰੋ ਵੀ ਨਿਕਲਣਗੇ, ਤੁਸੀਂ ਵੀ ਹਿੱਸਾ ਬਣ ਸਕਦੇ ਹੋ। ਸੋ ਹੁਮ ਹੁਮਾ ਕੇ ਪਹੁੰਚੋ ਸੁਖੀ ਬਾਟ ਮੋਟਰਸ ਦੇ ਉੱਤੇ, ਤੇ ਇਨਵੀਟੇਸ਼ਨ ਤੁਹਾਡੇ ਸਾਰਿਆਂ ਦੇ ਕੋਲ ਹੈ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ, ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।